हाँ जी सत श्री अकाल जी, की हाल चाल जी, किवें हो सारे? ठीक ठाक हो? तो मैं दुध पा के आया था ते नाल दी नाल चॉकलेट लेके आया। तुहानूं पता ही अज अपनी एनिवर्सरी आ ते यार तुहानूं पता मैं हो गया ऑफिस जाना, ठीक है जी, ते मनाउने आपां एनिवर्सरी। फस्ट चॉकलेट दिंदे आ आपां नवप्रीत नूं। लो जी एक चॉकलेट मैं एक्स्ट्रा लेके आया सीगा डब्बे तों, 5 स्टार। छुट्टी मिली नहीं क्योंकि मार्च की साड़ी प्रोडक्शन हैवी हुंदी है ते आपां चले आ, कोशिश करा कि जल्दी आ जाइए शाम नूं। बाकी मैडम घुमा के दावे कितने देखते हैं, कोशिश है पक्का नहीं। सो चलते हैं जी ऑफिस में। ओके जी बाय। सो हाँ जी मैं आ गया ड्यूटी तो छेती, तो बाकी सारे हम वेट करते हैं। नवप्रीत भी होगी रेडी? नवप्रीत आप पहुँच गए। हाँ जी रेडी? पूरी तरह रेडी। सो असी केक कटन लगे हूँ घर क्योंकि असी उस तो बाद जाना है फिर अगे। हाँ जी आ जाओ। ओए होए हाँ भाई पहुँच गए सारे जने। लो जी केक भी आ गया साडा। सारी साड़ी फैमिली आ गई तो केक आप कटन लगे हैं, ठीक है जी। साड़ी फर्स्ट एनिवर्सरी है, चाकू दे लो बेटा और सो चलो जी हैप्पी मैरी एनिवर्सरी टू अस। ताड़ियां च बात नहीं होती। गठजोड़ मेले नूं 1 साल हो गया ते सो केक आपां कट लिया ਹੁਣ ਹੈਗਾ ਗਿਫਟ, ਠੀਕ ਹੈ ਜੀ। ਐਨਵਰਸਰੀ ਦਾ ਗਿਫਟ ਹੈ, ਪਹਿਲਾ ਗਿਫਟ ਹੈ, ਅਗਲੀ ਵਾਰ ਨਹੀਂ ਆਪਾਂ ਨੇ ਦੇਣਾ, ਪਹਿਲੀ ਵਾਰ ਦੇਣਾ ਬਸ। ਲਓ ਜੀ ਤਾੜੀਆਂ ਕੌਣ ਵਜਾਊਗਾ? चलो जी केक दोबारा खा दी। ओके जी केक आपा कट लिया ते हुण आपा इहनां नूं केक खा के आपा जाणा चंडीगढ़ नूं। साडा कुछ होर प्लान करिया होया, ठीक है जी, अगे जाके तुहानूं दिखाउने आ सरप्राइज की है नवप्रीत। ओके जी बाय बाय, असीं खाणे आ केक, तुसीं साडा ब्लॉग एंजॉय करो। सो आपा जी हुण खा पी लिया ते आपा हुण चले चंडीगढ़ नूं। खा पी लिया इन द सेंस भी बस केक वगैरह कट लिया ते समोसे खा लिया, दैट्स इट। ते हुण आपां चलदे चंडीगढ़। छोटे छोटे इवेंट्स होने करके सैलीब्रेट कर सकते हैं।
ਤੇ ਬਾਕੀ ਹੁਣ ਜਾ ਰਹੇ ਆਪਾਂ ਚੰਡੀਗੜ੍ਹ ਨੂੰ ਸੋ ਜਿੱਦਾਂ ਹੀ ਅੱਗੇ ਅਸੀਂ ਡੈਸਟੀਨੇਸ਼ਨ ਤੇ ਪਹੁੰਚਦੇ ਹਾਂ ਫਿਰ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਕਿੱਥੇ ਪਹੁੰਚੇ ਹਾਂ ਕੋਈ ਬਹੁਤ ਜ਼ਿਆਦਾ ਬੜੀ ਗੱਲ ਵੀ ਨਹੀਂ ਆਇਆ ਛੋਟੀ ਜਿਹੀ ਹੋਇਆ ਪਰ ਇਸ ਦੇ ਲਈ ਸਰਪ੍ਰਾਈਜ਼ ਹੈ ਦੇਖਦੇ ਮੈਂ ਤਾਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਪਹਿਲਾ ਸਾਡਾ ਪਲਾਨ ਤਾਂ ਵੀ ਅਸੀਂ ਮੂਵੀ ਦੇਖ ਕੇ ਆਉਂਗੇ ਵੀਆਰ ਹਾਂ ਫਿਰ ਉਹ ਮੂਵੀ ਅਸੀਂ ਦੇਖੀ ਸੀ ਟੌਮ ਐਂਡ ਜੈਰੀ ਲੱਗੀ ਹੋਈ ਹੈ ਫਿਰ ਪਹਿਲੀ ਟੌਮ ਜੈਰੀ ਮੇਰੇ ਨਾਲ ਹੈਗੀ ਹੈ ਫਿਰ ਸੋ ਮੈਂ ਕਿਹਾ ਥੋੜਾ ਜਿਹਾ ਜੇ ਚੇਂਜ ਕਰਿਆ ਤਾਂ ਥੋੜਾ ਜਿਹਾ ਕਿਉਂ ਨਾ ਸਸਪੈਂਸ ਬਣਾਇਆ ਜਾਵੇ ਕਿਉਂ ਨਾ ਸਰਪ੍ਰਾਈਜ਼ ਰੱਖਿਆ ਜਾਵੇ ਉਹਨੂੰ ਹਨਾ ਬਾਕੀ ਮੈਡਮ ਵੀ ਕੁਝ ਨਾ ਕੁਝ ਰੱਖੀ ਬੈਠੀ ਹੈ ਮੈਨੂੰ ਪਤਾ ਦੱਸ ਨਹੀਂ ਰਹੀ ਹੈ ਸੋ ਸੀਰੀਅਸਲੀ ਮੈਂ ਕੁਝ ਨਹੀਂ ਹੈਗਾ ਅੱਜ ਅੱਜ ਚੰਡੀਗੜ੍ਹ ਜਾ ਕੇ ਇਹ ਬਿਨਾਂ ਦੱਸੇ ਮੈਂ ਤਾਂ ਪਹਿਲਾਂ ਜਾ ਹੀ ਆਲਰੇਡੀ ਇਹ ਮੈਨੂੰ ਪਤਾ ਹੁੰਦਾ ਵੀ ਇਹ ਚੰਡੀਗੜ੍ਹ ਹੈ ਫਿਰ ਮੈਨੂੰ ਘਰ ਨਹੀਂ ਜਾਣ ਦੇਣਾ ਆਪਾਂ ਚੰਡੀਗੜ੍ਹ 'ਚ ਐਂਟਰ ਕਰ ਗਏ ਆ ਜੀ ਪੂਰਾ ਪੂਰਾ ਦੇਖੋ ਚਲੋ ਫਿਰ ਅੱਗੇ ਚੱਲ ਕੇ ਤੁਹਾਨੂੰ ਦਿਖਾਉਂਦੇ ਆ ਅਸੀਂ ਕਿੱਥੇ ਚੱਲੇ ਆ ਮੈਡਮ ਨੇ ਤਾਂ ਪੂਰਾ ਜ਼ੋਰ ਲਾਇਆ ਪਿਆ ਪੁੱਛਣੇ ਨੂੰ ਕਿੱਥੇ ਚੱਲੇ ਆ ਕਿੱਥੇ ਚੱਲੇ ਆ ਕੋਈ ਐਠੀ ਖਾਸ ਵੀ ਗੱਲ ਨਹੀਂ ਜਿੰਨਾ ਸਸਪੈਂਸ ਬਣਾਈ ਜਾਂਦੀ ਹੈ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਚੰਡੀਗੜ੍ਹ 'ਚ ਲੇਡੀਜ਼ ਵੀ ਕਿਸਾਨ ਅੰਦੋਲਨ ਨੂੰ ਸਪੋਰਟ ਕਰ ਰਹੀਆਂ ਬਹੁਤ ਜ਼ਿਆਦਾ ਦੇਖੋ ਪੂਰੀ ਫੈਮਿਲੀ ਵੀ ਹੈਗੀ ਹੈ ਇੱਥੇ ਇੱਕ ਦੋ ਫੈਮਿਲੀ ਵੀ ਖੜੀ ਹੈ ਦੇਖੋ ਹੈ ਨਾ ਕਿੰਨਾ ਵਧੀਆ ਲੱਗ ਰਿਹਾ ਅਸੀਂ ਵੀ ਆਪਣੀ ਗੱਡੀ ਦੇ ਝੰਡਾ ਪੱਕਾ ਹੀ ਬੰਨਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਬਲੌਗ 'ਚ ਹਰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸਪੋਰਟ ਕਰੋ ਹਾਂ ਜੇ ਤੁਸੀਂ ਕਿਸਾਨ ਅੰਦੋਲਨ 'ਚ ਨਹੀਂ ਜਾ ਸਕਦੇ ਤਾਂ ਕੋਸ਼ਿਸ਼ ਕਰੋ ਵੀ ਆਪਣਾ ਜੋ ਵਹੀਕਲ ਹੈ ਉਸ 'ਤੇ ਆਪਣਾ ਝੰਡਾ ਵੀਅਰ ਕਰ ਲਓ ਤਾਂ ਕਿ ਇੱਕ ਲਹਿਰ ਦੇ ਵਿੱਚ ਅਸੀਂ ਆਪਣਾ ਹਿੱਸਾ ਪਾ ਸਕੀਏ ਛੋਟਾ ਜਿਹਾ ਹੈ ਨਾ ਲਓ ਜੀ ਅਸੀਂ ਪਹੁੰਚ ਗਏ ਆਪਣੀ ਡੈਸਟੀਨੇਸ਼ਨ ਤੇ ਫਿਲਹਾਲ ਤਾਂ ਸਰਪ੍ਰਾਈਜ਼ ਬਰਕਰਾਰ ਬਣਿਆ ਹੋਇਆ ਸਸਪੈਂਸ ਸਸਪੈਂਸ ਬਰਕਰਾਰ ਬਣਿਆ ਹੋਇਆ ਹੈ ਨਾ ਨੀਚੇ ਜਗ੍ਹਾ ਪਾਰਕਿੰਗ ਲਾਉਣ ਲੱਗੇ ਆ ਉਸ ਤੋਂ ਬਾਅਦ ਦੇਖਦੇ ਹਾਂ ਕਿਆ ਬਣਦਾ ਅੱਜ ਕੁੱਕੜ ਤੇਰਾ ਕੁੱਕੜ ਅੱਜ ਬਣੇਗਾ ਇਸਕਾ ਕੁੱਕੜ ਆਪਾਂ ਤਾਂ ਪੂਰੇ ਪੰਜਾਬੀ ਲੁੱਕ 'ਚ ਐਨ ਚੰਡੀਗੜ੍ਹ ਆਏ ਹੋਏ ਆ ਪਤਾ ਨਹੀਂ ਹਾਂਜੀ ਲਿਫਟ ਦੀ ਵੇਟ ਹੋ ਰਹੀ ਹੈ ਆ ਗਈ ਲਿਫਟ ਬੋਲਣੇ ਕਿ ਦੇਰੀ ਸੀਗੀ ਹੈ ਨਾ ਫਿਲਹਾਲ ਸਰਪ੍ਰਾਈਜ਼ ਪੂਰਾ ਬਰਕਰਾਰ ਹੈ ਠੀਕ ਹੈ ਜੀ ਸੋ ਸਾਡੀ ਡੈਸਟੀਨੇਸ਼ਨ ਪਹੁੰਚ ਗਈ ਤੁਸੀਂ ਨਾਮ ਪੜ੍ਹ ਲਿਆ ਹੋਣਾ ਕੀ ਹੈ ਨਾਮ ਮੈਡਮ ਲਈ ਸਰਪ੍ਰਾਈਜ਼ ਸੀਗਾ ਅੱਜ ਬਾਰਬੀਕਿਊ ਨੇਸ਼ਨ ਹਾਂਜੀ ਕਿੱਦਾਂ ਲੱਗਿਆ ਸਰਪ੍ਰਾਈਜ਼ ਕਿੱਦਾਂ ਲੱਗਿਆ ਵਧੀਆ ਲੱਗਿਆ ਸੋਪਰ ਸੋਚ ਕੇ ਦੱਸ ਰਹੇ ਹਾਂ ਮੈਡਮ ਇਮੈਜਿਨ ਨਹੀਂ ਸੀ ਚਲੋ ਵਧੀਆ ਗੱਲ ਹੈ ਬਾਰਬੀਕਿਊ ਨੇਸ਼ਨ ਅੱਜ ਅਸੀਂ ਕਰਾਂਗੇ ਆਪਣੀ ਐਨਵਰਸਰੀ ਇੰਜੋਏ ਸੋ ਹੋਪ ਕਿ ਮੈਡਮ ਨੂੰ ਵਧੀਆ ਲੱਗੇ ਉਰੇ ਫਸਟ ਟਾਈਮ ਆ ਰਹੀ ਹੈ ਇਹ ਹੈ ਨਾ ਓਕੇ ਜੀ ਕਰਾਉਂਦੇ ਹਾਂ ਤੁਹਾਨੂੰ ਇੰਜੋਏ ਆ ਜਾਓ ਐਂਟਰੀ 'ਤੇ ਵੇਟ ਕਰ ਰਹੇ ਹਾਂ ਕਹਿੰਦੇ 2 ਮਿੰਟ ਅਸੀਂ ਕਸਟਮਰ ਛੱਡ ਕੇ ਆਏ ਬਹੁਤ ਘੈਂਟ ਮੌਲ ਆ ਉਰੇ ਖੁੱਲ੍ਹਾ ਟੁੱਲਾ ਬਹੁਤ ਆ ਉਰੇ ਹਾਂਜੀ ਮੈਡਮ ਕਿੱਦਾਂ ਲੱਗਾ ਫਿਰ ਅੱਜ ਡਿਫਰੈਂਟ ਪੱਕੀ ਗੱਲ ਸਰਪ੍ਰਾਈਜ਼ ਕਿੱਦਾਂ ਲੱਗਿਆ ਘੈਂਟ ਮੈਂ ਕਿਹਾ ਜੇ ਮੂਵੀ ਦੇਖੋਗੇ ਉਹੀ ਮਜ਼ਾ ਜਿਹਾ ਨਹੀਂ ਆਉਣਾ ਹੈ ਨਾ ਉਰੇ 2-3 ਘੰਟੇ ਸੋ ਆਪਣਾ ਰੈਡੀ ਹੋ ਗਿਆ ਇਹ ਬਾਰਬੀਕਿਊ ਅੱਛਾ ਫਿਰ ਨੌਨ ਵੈਜ ਬਿਲਕੁਲ ਵੀ ਆਊਟ ਆਫ ਮਾਈਂਡ ਸਰਪ੍ਰਾਈਜ਼ ਤਾਂ ਇੱਦਾਂ ਦੀ ਦੇਣ ਦਾ ਮਜ਼ਾ ਆਉਂਦਾ ਜਿਹੜਾ ਬੰਦਾ ਸੋਚਿਆ ਵੀ ਨਾ ਹੋਵੇ ਵੀ ਹਾਂ ਇੱਦਾਂ ਵੀ ਕੁਛ ਹੋ ਸਕਦਾ ਰਾਈਟ ਸੋ ਇਹ ਮੈਂ ਤਾਂ ਚੂਜ਼ ਕੀਤਾ ਤਾਂ ਕਿ ਅਸੀਂ ਬੈਠ ਕੇ 2-3 ਘੰਟੇ ਨਾਲੇ ਗੱਪਾਂ ਛੱਪਾਂ ਕਰਾਂਗੇ ਅਤੇ ਨਾਲ ਦੀ ਨਾਲ ਆਪਾਂ ਖਾਵਾਂ ਪੀਵਾਂਗੇ ਸਾਰਾ ਕੁਛ ਨਾਲੇ ਮੈਡਮ ਨੇ ਕਦੇ ਖਾਧਾ ਨਹੀਂ ਸੀ ਇੱਦਾਂ ਆ ਕੇ ਬੈਠ ਕੇ ਬਾਰਬੀਕਿਊ ਦੇ ਚੈੱਕ ਨਹੀਂ ਕੀਤਾ ਤਾਂ ਕਰਕੇ ਨਾਲੇ ਮੈਂ ਕਿਹਾ ਥੋੜ੍ਹਾ ਜਿਹਾ ਘੁਮਾਈਏ ਫਿਰਾਈਏ ਮੈਡਮ ਨੂੰ
ਸਾਡਾ ਬਾਰਬੀਕਿਊ ਹੋ ਗਿਆ ਰੈਡੀ ਉਹ ਕਰ ਰਹੀ ਹੈ ਜੋ ਮੈਂ ਕਦੇ ਨਹੀਂ ਕਰਿਆ ਜੋ ਮੈਡਮ ਨੇ ਕਦੇ ਨਹੀਂ ਟੇਸਟ ਕੀਤਾ ਜੋ ਕਰਾਉਣਾ ਹੈਪੀ ਮੈਰਿਜ ਐਨਵਰਸਰੀ ਹੋਪ ਕਿ ਤੁਸੀਂ ਖੁਸ਼ ਰਹੋ ਮੇਰੇ ਨਾਲ ਸੋ ਮੈਂ ਤਾਂ ਖਾ ਰਿਹਾ ਤਾਂ ਜੀ ਸੀ ਫੂਡ ਅਤੇ ਮੈਡਮ ਕਹਿੰਦੀ ਗੋਲ ਗੱਪੇ ਵੀ ਖਾਣੇ ਆ ਤੇਰੇ ਗੋਲ ਗੱਪੇ ਪੈਣੇ ਆ ਕਰਾਉਣੇ ਬੰਦ ਨਹੀਂ ਤੂੰ ਤਿੱਖਾ ਤਿੱਖਾ ਬੋਲੇ ਜੱਟ ਨੂੰ ਹੈ ਅੱਛਾ ਪੱਕੀ ਗੱਲ ਹੈ ਸੀ ਫੂਡ ਬਹੁਤ ਸੋਹਣਾ ਇਹਨਾਂ ਦਾ ਬਹੁਤ ਘੈਂਟ ਹੈ ਸਿਰਾ ਹਾਂਜੀ ਆਪਣੀ ਤਾਂ ਆ ਗਈ ਜੀ ਮੌਕਟੇਲ ਮੈਡਮ ਨੂੰ ਵੀ ਟੇਸਟ ਕਰਾਉਂਦੇ ਅੱਜ ਮੌਕਟੇਲ ਵਿਦਆਊਟ ਅਲਕੋਹਲ ਹੁੰਦੀ ਹੈ ਅਲੱਗ ਅਲੱਗ ਫਲੇਵਰ ਆਉਂਦੇ ਆ ਅੱਜ ਨੌਨ ਵੈਜ ਖਾਂਦੇ ਖਾਂਦੇ ਮੈਡਮ ਦਾ ਮੂਡ ਬਣ ਗਿਆ ਕਹਿੰਦੀ ਫਰੂਟ ਖਾਣਾ ਹਾਂਜੀ ਪੱਕੀ ਗੱਲ ਹੈ ਖੁਸ਼ ਹੈ ਫਰੂਟ ਖਾ ਕੇ ਵੀ ਖੁਸ਼ ਹੋ ਜਾਂਦੇ ਬੰਦੇ ਅੱਗੇ ਕੁਲਫੀਆਂ ਬਹੁਤ ਘੈਂਟ ਹੈ ਨਾ ਜ਼ਬਰਦਸਤ ਮਲਾਈ ਕੁਲਫੀ ਅਤੇ ਸਟ੍ਰੋਬੇਰੀ ਨੱਚ ਕੇ ਦਿਖਾਓ ਨਵੀਂ ਆਈਟਮ ਪੇਸ਼ ਇੱਧਰ ਜਨਾਬ ਕਰਨ ਲੱਗੇ ਆ ਵਾਈਨ ਟੇਸਟ ਜ਼ਬਰਦਸਤ ਆ ਰਹੇ ਆ ਨਜ਼ਾਰੇ ਕਿ ਜਾ ਰਹੇ ਆ ਮਲਾਈ ਕੁਲਫੀ ਸਭ ਤੋਂ ਬੈਸਟ ਲੱਗੀ ਆ ਮੈਨੂੰ ਇੱਥੇ ਕੱਟ ਕੇ ਕੁਲਫੀ ਬਣਾ ਕੇ ਪਤਾ ਕਿਆ ਕਿਆ ਪਾ ਕੇ ਦਿੰਦੇ ਆ ਬਹੁਤ ਅਲਟੀਮੇਟ ਹੈ ਮੈਂ ਖਾ ਰਹੀ ਹਾਂ ਆਈਸ ਕ੍ਰੀਮ ਸਟ੍ਰੋਬੇਰੀ ਮੇਰੀ ਪਿਘਲ ਕੇ ਵਿਚਾਰੀ ਦਾ ਬੁਰਾ ਹਾਲ ਹੋ ਚੁੱਕਿਆ ਹੈ ਬਾਰਬੀਕਿਊ ਨੇਸ਼ਨ ਵੱਲੋਂ ਸਾਡਾ ਕੇਕ ਆ ਗਿਆ ਜੀ ਹਾਂਜੀ ਨਵਪ੍ਰੀਤ ਰੈਡੀ ਤੁਹਾਨੂੰ ਪਤਾ ਹੀ ਹੈ ਚੰਡੀਗੜ੍ਹ 'ਚ ਡੀਜ਼ਲ ਪੈਟਰੋਲ ਸਸਤਾ ਹੈ ਹਰ ਵਾਰੀ ਆਪਾਂ ਪਾਉਣ ਆਉਂਦੇ ਹਾਂ ਇੱਥੇ ਆ ਕੇ ਗੱਡੀ ਆਪਣੀ ਫੁੱਲ ਕਰਾ ਲਈਏ ਸੋ ਅਸੀਂ ਘੁੰਮ ਫਿਰ ਕੇ ਖਾ ਪੀ ਕੇ ਹੁਣ ਅਸੀਂ ਘਰ ਨੂੰ ਆ ਗਏ ਵਾਪਿਸ ਟਾਈਮ ਹੋ ਗਿਆ 11:30 ਤੇ ਹੁਣ ਚੱਲੇ ਅਸੀਂ ਘਰ ਨੂੰ ਬਹੁਤ ਜ਼ਿਆਦਾ ਇੰਜੋਏ ਕਰਿਆ ਮੈਡਮ ਅੱਜ ਸਰਪ੍ਰਾਈਜ਼ ਤੋਂ ਹੋ ਗਈ ਖੁਸ਼ ਤੇ ਗਿਫਟ ਵੀ ਇੱਕ ਮਿਲ ਗਿਆ ਤੁਸੀਂ ਪਹਿਲਾਂ ਦੇਖ ਲਿਆ ਵਲੌਗ 'ਚ ਠੀਕ ਹੈ ਜੀ ਓਕੇ ਜੀ ਬਾਏ ਬਾਏ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ ਜਦ ਤੱਕ ਰੱਬ ਰਾਖਾ ਬਾਏ 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 ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਬਾਏ